Thank you.
ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾ ਸਚ ਹੋਵੈ। ਆਹ ਗੁਰੂ ਪਿਆਰੇ ਸਾਹਿਬ ਸਿੰਘ ਜੀ ਦਿੱਤੇ ਹੋਏ ਸਮੇਂ ਦੀ ਸਮਾਪਤੀ ਹੈ। ਗੁਰਮੁਖ ਪਰਿਵਾਰ ਜੋ ਕਿ ਸਤਿਗੁਰਾਂ ਜੀ ਦਾ ਸ਼ੁਕਰਾਨਾ ਕਰਦੇ ਹੋਏ ਭਾਈ ਕਮਲਜੀਤ ਸਿੰਘ ਜੀ ਬੀਬੀ ਕਿਰਨ ਕੌਰ ਸਤਿਗੁਰਾਂ ਦੀ ਕਿਰਪਾ ਕਰਨ ਬੇਟੀ ਨੂੰ ਦਰੋ ਕਰੋ ਨਾਮ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣ ਵਿਦਿਆ ਦੀਆਂ ਦਾਤਾਂ ਬਖਸ਼ਿਸ਼ ਕਰਨ। ਸਭ ਗੁਰਮੁਖ ਪਿਆਰਿਓ ਕੀਰਤਨ ਕਰਦਿਆਂ ਅਨੇਕਾਂ ਹੀ ਗਲਤੀਆਂ ਹੋ ਜਾਂਦੀਆਂ ਅਣਜਾਣ ਬੱਚੇ ਸਮਝ ਕੇ ਮਾਫ਼ ਕਰ ਦੇਣਾ। ਹੁਣ ਅਨੰਦ ਸਾਹਿਬ ਦਾ ਜਾਪ ਹੋਵੇਗਾ ਉਹ ਗ੍ਰੰਥ ਅਰਦਾਸ ਸ਼੍ਰੀ ਭਗਵਤੀ ਜੀ ਸਹਾਏ
ਰਤਨ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਗੁਰ ਕੇ ਅਮਰਦਾਸ ਰਾਮਦਾਸ ਜੀ ਹੋਈ ਸਹਾਏ ਅੱਜ ਦਿਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਵਿੱਚ ਸਭ ਕੁਝ ਜਾਏ ਤੇਗ ਬਹਾਦਰ ਸਿਮਰੇ ਹੈ ਕਾਨੂੰਨੀ ਦਿਆਵੇ ਧਾਈ ਸਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਪਿਤਾ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਗੁਰਦਿਆਂ ਇਕੱਠੀਆਂ ਜਪੀਆਂ ਤਕੀਆਂ ਸਿੱਖਵਾਲਾਂ ਜਿਨ੍ਹਾਂ ਨਾਮ ਜਪਿਆ ਪੜ੍ਹ ਸਿੱਖਿਆ ਦੇਹ ਚਲਾਈ ਤੇਗ ਬਾਹਰ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਦੀ ਸੀਸ ਦਿੱਤੇ ਮਨ ਮਨ ਤਾਏ ਉਪਰੀਆਂ ਮਾਈਆਂ ਝੱਕੜੀਆਂ ਤੇ ਚੜੇ ਅਨਾਰਿਆਂ ਨਾਲ ਚੀਰੇ ਗਏ ਗੁਰਦੁਆਰਿਆਂ ਦੀ ਸੇਵਾ ਸੰਭਾਲੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧੇ ਕੇਸਾਂ ਸੁਆਸਾਂ ਸੰਗ ਨਿਭਾਈ ਤਿੰਨਾਂ ਸਮੂਹ ਸਿੰਘਾਂ ਸਿੰਘਣੀਆਂ ਚੁਣੀਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾਵੇ ਜੀ ਚੇਤਾਵਨ ਕਰ ਸਕਾ ਸਰਬ ਸੁਖ ਹੋਵੇ ਜਨ ਜਨ ਖਾਲਸਾ ਜੀ ਸਾਹਿਬ ਤਨ ਤਨ ਰੱਖਿਆ ਗਿਆ ਹੈ ਦੇਖ ਕੇ ਫਤਿਹ ਗਿਰਦ ਕੀ ਕੈਦ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀ ਮਾਂ ਮਤ ਉੱਚੀ ਮਤ ਦੇ ਰੱਖੇ ਆਪ ਵਾਹਿਗੁਰੂ ਜੀ ਅਕਾਲ ਪੁਰਖ ਖਜ਼ਾਨੀ ਆਪਣੇ ਪੰਥ ਤੇ ਸਦਾ ਸਹਾਇਕ ਤਾਰ ਪਾਤਸ਼ਾਹ ਜੀਓ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਸਮੂਹ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਸੀ ਤਿੰਨਾਂ ਦੇ ਦਰਸ਼ਨ ਦੀਦਾਰੇ ਤੇ ਸੇਵਾ ਸੰਭਾਲ ਦੇ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਯੋਗ ਸੱਚੇ ਪਿਤਾ ਵਾਹਿਗੁਰੂ ਜੀਓ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਓ ਆਪ ਜੀ ਦੇ ਹਜ਼ੂਰ ਚਰਨਾ ਚਰਦਾਸ ਬੇਨਤੀ ਹੈ ਪਾਤਸ਼ਾਹ ਜੀ ਪਾਵਨ ਬਾਣੀ ਦੇ ਬਚਨ ਹਨ ਜਿਸ ਕਾ ਕਾਰਜ ਤਿੰਨੀ ਕੀਆ ਮਾਨਸ ਕਿਆ ਵਿਚਾਰਾ ਰਾਮ ਅਪਾਰ ਕਿਰਪਾ ਹੋਈ ਸਤਿਗੁਰ ਜੀ ਆਪ ਜੀ ਦੇ ਦਰ ਕਰਦੇ ਪ੍ਰੀਤਵਾਨ ਸੂਬੇਦਾਰ ਸ਼ੰਕਰ ਸਿੰਘ ਖਹਿਰਾ ਜੀ ਪੜਦਾਦਾ ਜੀ ਮਾਤਾ ਬਲਵੰਤ ਕੌਰ ਖਹਿਰਾ ਪੜਦਾਦੀ ਜੀ ਭਾਈ ਬਾਬਾ ਸਿੰਘ ਜੀ ਖਹਿੜਾ ਬੀਬੀ ਚਰਨਜੀਤ ਕੌਰ ਦਾਦਾ ਅਤੇ ਦਾਦੀ ਜੀ ਸੱਚੇ ਪਾਤਸ਼ਾਹ ਜੀ ਤਿੰਨਾਂ ਦੀ ਪਰਿਵਾਰਕ ਫੁਲਵਾੜੀ ਤਖਤ ਜ਼ਿਕਰ ਭਾਈ ਕਮਲਜੀਤ ਸਿੰਘ ਜੀ ਅਤੇ ਉਹਨਾਂ ਦੀ ਸਪਤਨੀ ਬੀਬਾ ਕਿਰਨ ਕੌਰ ਖਹਿੜਾ ਜੀ ਸਮੂਹ ਪਰਿਵਾਰ ਨੂੰ ਬੇਅੰਤ ਬੇਅੰਤ ਬਖਸ਼ਾਂ ਨਾਲ ਨਿਵਾਜਿਆ ਸਤਿਗੁਰ ਜੀਓ ਆਪ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਆਪਣੀ ਸਪੁੱਤਰੀ ਬੱਚੀ ਕਾਇਰਾ ਦੇਵੀ ਕੌਰ ਦੇ ਜਨਮ ਦਿਨ ਦੀਆਂ ਖੁਸ਼ੀਆਂ ਨੂੰ ਸਤਿਗੁਰ ਜੀ ਆਪ ਜੀ ਦੀਆਂ ਬਖਸ਼ਾਂ ਅਸੀਸਾਂ ਲੈਣ ਵਾਸਤੇ ਬੱਚੀ ਦੇ ਉਜਲ ਭਵਿੱਖ ਦੀ ਕਾਮਨਾ ਕਰਦੇ ਹੋਏ ਵਿਦੇਸ਼ਾਂ ਵਿੱਚੋਂ ਆਪਣੇ ਦੇਸ਼ ਆਪਣੇ ਨਗਰ ਪਹੁੰਚ ਕੇ ਸਤਿਗੁਰ ਜੀ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਸਮਾਗਮ ਕੀਤੇ ਗਏ ਪਾਠ ਉਪਰੰਤ ਗੁਰਬਾਣੀ ਕੀਰਤਨ ਗੁਰਮਤਿ ਵਿਚਾਰਾਂ ਦੀ ਸਾਂਝ ਹੋਈ ਸਤਿਗੁਰ ਜੀਓ ਆਨੰਦ ਸਾਹਿਬ ਜੀ ਦੀਆਂ ਛੇ ਪੌੜੀਆਂ ਦੇ ਕੀਰਤਨ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦੀ ਹੋਈ ਭੁੱਲ ਚੁੱਕ ਖਿਮਾ ਕਰ ਦੇਣੀ ਸਮਤ ਬਖਸ਼ਣੀ ਪਾਤਸ਼ਾਹ ਜੀ ਕਿਰਪਾ ਕਰਨੀ ਪੜ੍ਹੀ ਸੁਣੀ ਬਾਣੀ ਗੁਰਮਤਿ ਵਿਚਾਰਾਂ ਦੇ ਭਾਵ ਸਮੂਹ ਸੰਗਤ ਪਰਿਵਾਰ ਦੇ ਹਿਰਦੇ ਵਿਖੇ ਵਸਾਉਣ ਦੀ ਕਿਰਪਾਲਤਾ ਕਰਨੀ ਸਤਿਗੁਰ ਜੀਓ
ਸੇਵਕ ਪਰਿਵਾਰ ਵੱਲੋਂ ਬੱਚੀ ਦੇ ਉੱਜਲ ਭਵਿੱਖ ਦੀ ਕਾਮਨਾ ਕਰਦੇ ਹੋਏ ਅਸ਼ੀਸ਼ਾਂ ਲੈਣ ਵਾਸਤੇ ਆਪ ਜੀ ਦੀ ਬਾਣੀ ਦਾ ਉਲਟ ਆਸਰਾ ਲਿਆ। ਆਪ ਜੀ ਦੇ ਬਖਸ਼ੇ ਹੋਏ ਖਜ਼ਾਨਿਆਂ ਨੂੰ ਸਪਲਿਆਂ ਕਰਦਿਆਂ ਹੋਇਆਂ ਸਤਿਗੁਰੂ ਜੀ ਸੇਵਕ ਪਰਿਵਾਰ ਵੱਲੋਂ ਆਪ ਜੀ ਨੂੰ ਰੁਮਾਲਾ ਸਾਹਿਬ ਭੇਟ ਹੋਏ। ਆਪ ਜੀ ਅੰਗੀਕਾਰ ਕਰਨੇ ਜੀ, ਆਪ ਜੀ ਦੇ ਬਖਸ਼ੇ ਹੋਏ ਖਜ਼ਾਨਿਆਂ 'ਚੋਂ ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੋਈ ਹੈ। ਗੁਰੂ ਕੀ ਸੰਗਤ ਲਈ ਸਤਿਗੁਰੂ ਜੀ ਗੁਰੂ ਕੇ ਲੰਗਰ ਸਜਾ ਕੇ ਹਾਜ਼ਰ ਹੋਏ। ਆਪ ਜੀ ਦਰ ਪ੍ਰਵਾਨ ਕਰੋ। ਜਿਨ੍ਹਾਂ ਖਜ਼ਾਨਿਆਂ 'ਚੋਂ ਰਸਤਾ ਮਾਇਆ ਆਈ ਸੋ ਖਜ਼ਾਨੇ ਭਰਪੂਰ ਕਰਨੇ, ਕਿਰਤ ਕਮਾਈਆਂ 'ਚ ਵਾਧੇ ਬਖਸ਼ਣੇ। ਸਤਿਗੁਰੂ ਜੀ ਪ੍ਰਵਾਨ ਹੋਏ ਕੜਾ ਪ੍ਰਸ਼ਾਦੀ ਦੇਗ ਗੁਰੂ ਕੇ ਲੰਗਰ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ, ਰਹਿਮਤ ਕਰਨੀ ਪਾਤਸ਼ਾਹ ਜੀਓ। ਸੇਵਕ ਪਰਿਵਾਰ ਦੀਆਂ ਸ਼ੁਭਕਾਮਨਾਵਾਂ ਸੰਪੂਰਨ ਕਰਨੀਆਂ। ਸਮੂਹ ਪਰਿਵਾਰ ਨੂੰ ਚੜ੍ਹਦੀ ਕਲਾ ਆਪਸੀ ਪ੍ਰੇਮ ਪਿਆਰ ਇਤਫਾਕ ਸੁੱਖ ਸ਼ਾਂਤੀ ਬਖਸ਼ਣੀ। ਦੇਸ਼ ਪ੍ਰਦੇਸ਼ ਸੰਗ ਸੰਗ ਹੋ ਕੇ ਸਹਾਇਕ ਹੋਣਾ ਪਾਤਸ਼ਾਹ ਜੀ, ਕਿਰਪਾ ਕਰਨੀ। ਬੱਚੀ ਦੇ ਸਿਰ 'ਤੇ ਮੇਲ ਭਰਿਆ ਹੱਥ ਰੱਖਣਾ, ਬੱਚੀ ਨੂੰ ਗੁਰਮਤਿ ਦੀ ਸਿੱਖਿਆ ਗੁਰਸਿੱਖੀ ਜੀਵਨ ਦੀ ਦਾਤ ਨਾਲ ਨਿਵਾਜਣਾ, ਮਾਪਿਆਂ ਦੇ ਆਗਿਆਕਾਰੀ ਵਿੱਦਿਆ ਦੇ ਦਾਨ ਚੜ੍ਹਦੀ ਕਲਾ ਹਰ ਮੈਦਾਨ ਫਤਿਹ ਬਖਸ਼ਣੀ। ਸਮੂਹ ਪਰਿਵਾਰ ਨੂੰ ਸਰੀਰਕ ਤੰਦਰੁਸਤੀਆਂ ਦੇ ਅਰੋਗਤਾ ਨਾਲ ਨਿਵਾਜਣਾ, ਕੀਤੀ ਹੋਈ ਸੇਵਾ ਪ੍ਰਵਾਨ ਕਰਨੀ, ਸਤਿਗੁਰੂ ਜੀ ਅੰਗ ਸੰਗ ਹੋ ਕੇ ਸਹਾਇਕ ਹੋਣਾ। ਆਈ ਹੋਈ ਸਮੂਹ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਸਰਬੱਤ ਦੇ ਕਾਰਜ ਰਾਸ ਕਰਨੇ, ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿੱਧਕ ਭਰੋਸੇ ਦੀ ਦਾਤ ਬਖਸ਼ਣੀ। ਪਾਤਸ਼ਾਹ ਜੀ ਸਮਾਗਮਾਂ ਦੀ ਸਮਾਪਤੀ ਦੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ, ਕਿਰਪਾ ਕਰੋ। ਆਈ ਹੋਈ ਸਮੂਹ ਸੰਗਤ ਨੂੰ ਪਾਵਨ ਮੁੱਖ ਵਾਕ ਬਖਸ਼ੋ ਜੀ। ਸਤਿਗੁਰੂ ਜੀ ਕਿਰਪਾ ਕਰੋ, ਬਾਣੀ ਦੇ ਭਾਵ ਆਪ ਕਿਰਪਾ ਕਰਕੇ ਸੰਗਤ ਦੇ ਹਿਰਦੇ ਵਿਖੇ ਵਸਾਉਣ ਦੀ ਕਿਰਪਾਲਤਾ ਕਰਨੀ। ਸਹੀ ਪਿਆਰੇ ਮੇਲੇ ਜਿਨ੍ਹਾਂ ਮੇਲਿਆਂ ਤੇਰਾ ਨਾਮ ਜਿੱਤਿਆ ਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੂਰਾ ਆਗਿਆ ਭਈ ਅਕਾਲ ਕੀ, ਤਬੇ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਪੁਰਾ ਕੀ ਦੇ, ਜੋ ਪ੍ਰਭ ਕੋ ਮਿਲਵੋ ਚਾਹੇ ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਵੇ, ਖੁਆਰ ਹੋਏ ਸਭ ਮਿਲੇਂਗੇ ਪਹਿਲਾਂ ਤੇ
ਆਪਣਾ ਯੋਗਦਾਨ ਪਾਉਂਦੇ ਹੋਏ ਗੁਰੂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਹਨ।
ਮੈਂ ਬੇਨਤੀ ਕਰੂੰਗਾ ਰੋਸ਼ਨ ਖੇੜਾ ਜੀ ਜਿਨ੍ਹਾਂ ਨੂੰ ਪਰਿਵਾਰ ਵੱਲੋਂ ਬੇਨਤੀ ਹੈ ਕਿ ਉਹ ਆਈ ਹੋਈ ਸਮੂਹ ਸੰਗਤ ਦਾ ਧੰਨਵਾਦ ਕਰਨਗੇ। ਉਸ ਤੋਂ ਉਪਰੰਤ ਕੜਾ ਪ੍ਰਸ਼ਾਦੀ ਦੇ ਵਰਤ ਕੇ ਫਿਰ ਲੰਗਰ ਹਾਲ ਵਿਖੇ ਪਰਿਵਾਰ ਵੱਲੋਂ ਬੱਚੀ ਦੇ ਜਨਮਦਿਨ ਦੀਆਂ ਖੁਸ਼ੀਆਂ ਨੂੰ ਆਪ ਜੀ ਨਾਲ ਸਾਂਝਾ ਕਰਦੇ ਹੋਏ ਜੋ ਇੱਕ ਸਾਡੀ ਸਮਾਜਿਕ ਰਸਮ ਹੈ ਕੇਕ ਆਦਿ ਦੀ ਕੀਤੀ ਜਾਣੀ ਹੈ। ਸੋ ਪਰਿਵਾਰ ਵੱਲੋਂ ਆਪ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਨੇ ਸਮਾਪਤੀ ਉਪਰੰਤ ਕੜਾ ਪ੍ਰਸ਼ਾਦੀ ਦੇਗ ਲੈ ਕੇ ਇਸੇ ਤਰ੍ਹਾਂ ਹੀ ਲੰਗਰ ਹਾਲ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ। ਅਤੇ ਦੂਸਰੀ ਬੇਨਤੀ ਪਰਿਵਾਰ ਵੱਲੋਂ ਇਹ ਵੀ ਹੈ ਕਿ ਕੋਈ ਵੀ ਸੰਗਤ ਕਿਸੇ ਵੀ ਤਰ੍ਹਾਂ ਦੀ ਕੋਈ ਮਾਇਆ ਦੀ ਖੇਚਲ ਕਰਨ ਦੀ ਕਿਰਪਾਲਤਾ ਨਾ ਕਰੇ। ਬਸ ਪਰਿਵਾਰ ਦੀਆਂ ਖੁਸ਼ੀਆਂ ਦੇ ਨਾਲ ਆਪ ਜੀ ਨੇ ਖੁਸ਼ੀਆਂ ਸਾਂਝੀਆਂ ਕਰਨੀਆਂ ਹਨ ਅਤੇ ਬੱਚੀ ਨੂੰ ਆਸ਼ੀਸ਼ਾਂ ਦੇਣੀਆਂ ਹਨ ਕਿ ਸਤਿਗੁਰੂ ਜੀ ਕਿਰਪਾ ਕਰਨ ਬੱਚੀ ਨੂੰ ਗੁਰਸਿੱਖੀ ਜੀਵਨ ਦੀ ਦਾਤ ਮਾਪਿਆਂ ਦੇ ਅਗਿਆਕਾਰੀ ਚੜ੍ਹਦੀ ਕਲਾ ਵਿਦਿਆ ਦੇ ਦਾਨ ਹਰਨ ਦਾਨ ਫਤਿਹ ਬਖਸ਼ੀ। ਸੋ ਆਓ ਰੋਸ਼ਨ ਖੇੜਾ ਜੀ ਪਰਿਵਾਰ ਵੱਲੋਂ ਆਪ ਸਾਰੀ ਸੰਗਤਾਂ ਦਾ ਧੰਨਵਾਦ ਕਰਨਗੇ। ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅਤੇ ਪਵਿੱਤਰ ਗੋਦ ਵਿੱਚ ਬੈਠੇ ਤਬੇਦਾਰ ਸਤੂ ਸਮੇਂ ਦੇ ਅਰਦਾਸ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਂ। ਜਦੋਂ ਸਾਡਾ ਮਾਰਗ ਸਤਿਗੁਰੂ ਦੇ ਚਰਨਾਂ 'ਚ ਰਹਿ ਕੇ ਸਤਿਗੁਰੂ ਦੇ ਰਸਤੇ ਚੱਲਦੇ ਹਾਂ ਤਾਂ ਜਹਾਨ ਤੋਂ ਅਸੀਸਾਂ ਮਿਲਦੀਆਂ, ਜਹਾਨ ਉਸਤਤ ਕਰਦਾ। ਭਾਈ ਸਾਹਿਬ ਭਾਈ ਗੁਰਜਿੰਦਰ ਸਿੰਘ ਹੋਰਾਂ ਨੇ ਅਰਦਾਸ ਕਰਦਿਆਂ ਪੂਰੇ ਪਰਿਵਾਰ ਦੀ ਗੱਲ ਕੀਤੀ। ਆਪਾਂ ਸਾਰੇ ਇਸ ਗੱਲ ਨੂੰ ਭਲੀਭਾਂਤ ਜਾਣਦੇ ਹਾਂ ਅਤੇ ਸੁਣ ਰਹੇ ਸੀ ਕਿ ਬਾਪੂ ਸ਼ੰਕਰ ਸਿੰਘ ਹੋਰਾਂ ਦਾ ਵਿਰਧ ਕੀਤਾ ਗਿਆ। ਬਾਪੂ ਸ਼ੰਕਰ ਸਿੰਘ ਜੀ ਆਪਣੇ ਆਪ ਦੇ ਵਿੱਚ ਇੱਕ ਮਹਾਨ ਹਸਤੀ ਹੋਏ ਇਸ ਪਿੰਡ ਦੇ, ਜਿਹਨਾਂ ਨੇ ਅਸੀਂ ਸਾਰਾ ਪਿੰਡ ਮਾਣ ਕਰਦੇ ਹਾਂ ਕਿਉਂਕਿ ਉਹਨਾਂ ਦੇ ਆਪਾਂ ਇਸ ਪਿੰਡ ਵਿੱਚ ਇੱਕ ਖੇੜਾ ਦੋਵੇਂ ਇੱਕ ਸਲਾਮਾ ਸਮਝਦਾ ਹੈ, ਲੇਕਿਨ ਖੇੜਾ ਦੋਵਾਂ 'ਚ ਵੜਦਿਆਂ ਹੀ ਬਾਪੂ ਕਲੋਨੀ ਦਾ ਸਲਾਮਾ ਵੱਖਰਾ। ਬਾਪੂ ਕਲੋਨੀ ਦਾ ਆਪਣਾ ਇਤਿਹਾਸ ਹੈ, ਬਾਪੂ ਕਲੋਨੀ ਦਾ ਆਪਣਾ ਇੱਕ ਮਥਾਜ ਹੈ। ਮੈਨੂੰ ਇਜ਼ਹਾਰ ਉਹ ਦਿਨ ਜਦੋਂ ਸਾਡੇ ਸਰਪੰਚ ਸਾਹਿਬ ਸਰਦਾਰ ਪਾਲ ਸਿੰਘ ਖੇੜਾ ਜਿਹਨਾਂ ਨੂੰ ਸਤਿਕਾਰ ਨਾਲ ਬਾਪੂ ਜੀ ਕਹਿੰਦੇ ਸੀ, ਅਤੇ ਬਾਪੂ ਪਾਲ ਸਿੰਘ ਖੇੜਾ ਉਹਨਾਂ ਨੇ ਮੈਨੂੰ ਇੱਕ ਦਿਨ ਆਖਿਆ ਕਿ ਆਪਾਂ ਸਰਦਾਰ ਸ਼ੰਕਰ ਸਿੰਘ ਉਹਨਾਂ ਦੇ ਘਰ ਜਾਣਾ, ਰਾਤ ਮੈਨੂੰ ਨਾਲ ਲੈ ਗਏ ਅਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਬਾਪੂ ਨੇ ਇਸ ਪਿੰਡ ਲਈ ਵਰਦਾਨ ਕੀਤਾ ਹੈ, ਉਹਨਾਂ ਨੇ ਦਾਣਾ ਮੰਡੀ ਵਾਸਤੇ ਜ਼ਮੀਨ ਦਿੱਤੀ ਅਤੇ ਆਪਾਂ ਧੰਨਵਾਦ ਕਰਨਾ ਚਾਹ ਤਾਂ ਅਸੀਂ ਬਾਪੂ ਸ਼ੰਕਰ ਸਿੰਘ ਹੋਰਾਂ ਦੇ ਕੋਲ ਰਾਤ ਨੂੰ ਗਏ, ਉਹਨਾਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੇ ਕੋਈ ਡਿਮਾਂਡ ਨਹੀਂ ਕੀਤੀ। ਸੜਕ ਦੇ ਕੰਢੇ 'ਤੇ ਇੱਕ ਮਰਲਾ ਵੀ ਥਾਂ ਲੈਣਾ ਹੋਵੇ
ਤੇ ਪਤਾ ਲੱਗਦਾ ਕੀ ਰੇਟ ਆ। ਤੇ ਮੈਂ ਸਮਝਦਾ ਕਿ ਉਹ 2-2.5 ਕਰੋੜ ਦੀ ਜਗ੍ਹਾ ਜਿਹੜੀ ਇਹਨਾਂ ਨੇ ਪਿੰਡ ਨੂੰ ਦਿੱਤੀ ਸੀ, ਆਪਣੇ ਆਪ ਨੂੰ ਇੱਕ ਦਾਨੀ ਹੋਣਾ ਬਹੁਤ ਵੱਡੀ ਗੱਲ ਹੈ। ਫਿਰ ਉਹਨਾਂ ਦੇ ਬੇਟੇ ਸਾਡੇ ਭਾਜੀ ਸਰਦਾਰ ਬਾਬਾ ਸਿੰਘ ਜੀ, ਆਪਾਂ ਸਾਰੇ ਉਹਨਾਂ ਨੂੰ ਮਿਲਦੇ ਰਹੇ ਹਾਂ, ਉਹ ਮੈਨੂੰ ਬੜੀ ਪਿਆਰ ਕਰਦੇ ਸੀ। ਮੈਂ ਦਾਅਵਾ ਕਰਦਾ ਕਿ ਸਭ ਹੀ ਇੱਦਾਂ ਦਾਅਵਾ ਕਰ ਸਕਦੇ ਸਾਰੇ ਲੋਕ। ਉਹ ਸੱਚੀ ਸੁੱਚੀ ਰੂਹ ਸੀ, ਇੱਕ ਸਾਈਂ ਸੀ, ਸਤਿਗੁਰ ਦਾ ਭਗਤ ਸੀ। ਉਸਨੇ ਕਦੇ ਦੁਆਇਸ਼ ਨਹੀਂ ਦੇਖੀ ਸੀ, ਉਹਨਾਂ ਦੇ ਮਨ ਦੇ ਵਿੱਚ ਕੋਈ ਦੁਆਇਸ਼ ਕਦੇ ਨਹੀਂ ਸੀ ਆਈ। ਉਹ ਸਭ ਦਾ ਭਲਾ ਕਰਦੇ ਸੀ। ਉਹਨਾਂ ਨੇ ਗੁਰਦੁਆਰਾ ਸਾਹਿਬ ਆਉਣਾ, ਗੁਰੂ ਘਰ ਦੇ ਵਿੱਚ ਵੀ ਨਤਮਸਤਕ ਹੋਣਾ। ਜੇ ਇਸ ਪਿੰਡ ਖੈੜਾ ਦੋਨਾਂ ਦਾ ਤੂੰ ਵਰ ਮਿਲਿਆ ਬਾਬਾ ਮੀਆਂ ਰਾਣਾ ਸ਼ਾਹ, ਜੇ ਉੱਥੇ ਵੀ ਜਾਣਾ ਤੇ ਉੱਥੇ ਵੀ ਨਤਮਸਤਕ ਹੋਣਾ। ਉਹਨਾਂ ਨੇ ਉੱਥੇ ਸਲਾਨਾ ਮੇਲੇ ਉੱਤੇ ਉਹ ਛਿੰਝ ਦੇ ਪਹਿਲਵਾਨਾਂ ਨੂੰ ਕਦੇ ਮੁੰਦਰੀਆਂ ਪਾਉਣੀਆਂ, ਕਦੇ ਉਹਨਾਂ ਨੇ ਕੁਝ ਦੇਣਾ। ਉਹ ਇੱਕ ਫਕੀਰ ਆਦਮੀ ਸੀ, ਫਕੀਰ ਰੂਹ ਸੀ, ਤੇ ਉਹਨਾਂ ਕੋਲ ਬੈਠ ਕੇ ਉਹਨਾਂ ਦੇ ਕੋਲ ਗੱਲ ਕਰਦੇ ਲੱਗਦਾ ਸੀ। ਤੇ ਕਈ ਵਾਰੀ ਅਸੀਂ ਬਹੁਤ ਸੋਹਣੀ ਸੋਚ ਦੇ ਲੋਕ ਆਖਦੇ ਹੁੰਦੇ ਹਾਂ ਕਿ ਉਹ ਧਰਮ ਦੂਜਾ, ਇਹ ਧਰਮ ਦੂਜਾ, ਤੇ ਅਸੀਂ ਵੀ ਕਦੇ ਗੱਲ ਕਰ ਲਈ ਵੀ ਭਾਜੀ ਤੁਸੀਂ ਤਾਂ ਸਭ ਧਰਮਾਂ ਦੇ ਹੀ ਉਪਾਸ਼ਕ ਹੋ। ਤੇ ਉਹਨਾਂ ਨੇ ਕਹਿੰਦਾ ਵੀ ਜਿੱਥੇ ਤੁਸੀਂ ਰੂੜੀ ਛੱਡਦੇ ਮੈਂ ਉੱਥੇ ਮੱਥਾ ਟੇਕਦਾ, ਉੱਥੇ ਵੀ ਉਹਦਾ ਵਾਸ ਹੈ। ਉਹਨਾਂ ਕਹਿਣਾ ਕਿ ਮੈਂ ਹਰ ਪ੍ਰਾਣੀ ਦੇ ਵਿੱਚ ਉਹਨੂੰ ਦੇਖਦਾ, ਮੈਂ ਹਰ ਜੀਵ 'ਚ ਉਹਨੂੰ ਦੇਖਦਾ, ਮੈਂ ਹਰ ਪੰਛੀ 'ਚ ਉਹਨੂੰ ਦੇਖਦਾ, ਮੈਂ ਹਰ ਦਰਖਤ ਦੇ ਵਿੱਚ ਉਹਨੂੰ ਦੇਖਦਾ, ਮੈਂ ਹਰ ਫੁੱਲ ਅਤੇ ਹਰ ਫਲ ਵਿੱਚ ਉਹਨੂੰ ਦੇਖਦਾ। ਏਡੀ ਵੱਡੀ ਦ੍ਰਿਸ਼ਟੀ ਲੈ ਕੇ ਗੱਲ ਕਰਨੀ, ਇਹ ਉਹਨਾਂ ਦੇ ਹਿੱਸੇ ਆਈ ਸੀ। ਮੈਂ ਸਮਝਦਾ ਕਿ ਭੋਲੀ ਪੀੜ੍ਹੀ ਦੀ ਗੱਲ ਜੇ ਅੱਜ ਸਾਡੇ ਭਾਬੀ ਜੀ ਬੀਬੀ ਚਰਨ ਕੌਰ ਜੀ ਆਪਣੇ ਬੇਟੇ ਕਮਲਜੀਤ ਅਤੇ ਬੇਟੋ ਬਹੂ ਬੇਟੀ ਕਿਰਨ ਨੂੰ ਲੈ ਕੇ ਆਪਣਾ ਖੇੜਾ ਪਰਿਵਾਰ ਨਾਲ ਲੈ ਕੇ ਬੈਠੇ ਆ, ਆਪਣੀ ਪੋਤਰੀ ਦੇ ਜਨਮਦਿਨ ਦੀਆਂ ਮੁਬਾਰਕਾਂ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਲੈ ਰਿਹਾ, ਅਰਦਾਸ ਕਰ ਰਿਹਾ ਕਿ ਮਹਾਰਾਜ ਇਸ ਬੇਟੀ ਨੂੰ ਵੀ ਸਮਤ ਬਖਸ਼ੀ, ਮੇਰੇ ਬੇਟੇ ਨੂੰ ਸਮਤ ਬਖਸ਼ੀ, ਤਾਂ ਕਿ ਆਪਣੇ ਜੜ੍ਹਾਂ ਨਾਲ ਜੁੜੇ ਰਹਿਣ। ਕਿਉਂਕਿ ਅਸੀਂ ਇਹ ਯੁੱਗ ਹੋ ਗਿਆ ਧਰਤੀ ਗ੍ਰਹਿ ਦੇ ਉੱਪਰ, ਜਿੱਥੇ ਵੀ ਕਿਤੇ ਜੋ ਖਿਲਾਰੀ ਹੈ ਸਤਿਗੁਰ ਨੇ ਉੱਥੇ ਚੁਗਲੀ ਹੁੰਦੀ ਹੈ। ਬੇਸ਼ੱਕ ਅਸੀਂ ਦੇਸ਼ਾਂ ਵਿਦੇਸ਼ਾਂ 'ਚ ਆਪਣੇ ਸਾਰੇ ਹੀ ਪਿੰਡ ਤੋਂ ਸਾਰੇ ਹਰ ਘਰ 'ਚੋਂ ਜੀ ਚਲੇ ਗਏ ਆ, ਲੇਕਿਨ ਮੈਂ ਸਮਝਦਾ ਕਿ ਉਹ ਲੋਕ ਹੀ ਸਤਿਗੁਰ ਦੇ ਅੱਗੇ ਤੁਸੀਂ ਉਸ ਖੁਸ਼ੀ ਨੂੰ ਜੂਨ ਸਵਾਇਆ ਕੀਤਾ ਹੈਗਾ। ਆਪਾਂ ਸਾਰੇ ਭੈਣ ਭਰਾਵਾਂ ਨੇ, ਰਿਸ਼ਤੇਦਾਰਾਂ ਨੇ ਇਸ ਗੱਲ ਦੇ ਉੱਤੇ ਪਹਿਰਾ ਦਿੱਤਾ ਕਿ ਜਿਹੜੀ ਸਾਡੇ ਪਿੰਡਾਂ ਦੇ ਵਿੱਚ ਹੀ ਇੱਕ ਔਕਾਤ, ਪਿੰਡਾਂ ਦੀ ਔਕਾਤ ਹੈਗੀ ਆ ਕਿ ਪਿੰਡ ਦੀ ਧੀ ਕਿਸੇ ਵੀ ਘਰ ਦੀ ਧੀ ਪਿੰਡ ਦੀ ਧੀ ਹੁੰਦੀ ਹੈ, ਅਤੇ ਪਿੰਡ ਦੀਆਂ ਧੀਆਂ ਦਾ ਇਹ ਸਤਿਕਾਰ ਹੋਣਾ ਚਾਹੀਦਾ। ਜਦੋਂ ਸਾਡੇ ਇਹ ਸਮਾਜ ਧੀਆਂ ਦਾ ਸਤਿਕਾਰ ਹੋਵੇਗਾ ਤਾਂ ਨਿਰਸਦੇਹ ਸਤਿਗੁਰ ਦੀ ਗੁਰਬਾਣੀ ਦਾ ਉਹ ਸੰਚਾਰ ਹੋਵੇਗਾ। ਸੋ ਕਿ ਮੁੰਡਾ ਆਖੀਏ ਜਿੱਤ ਕਦੇ ਰਜ਼ਾਨ। ਸੋ ਅਸੀਂ ਜੇ ਧੀਆਂ ਦਾ ਸਤਿਕਾਰ ਕਰਾਂਗੇ, ਆਪਣੇ ਬਹੁਤ ਸਤਿਕਾਰ ਕਰਾਂਗੇ, ਇੱਕ ਔਰਤ ਦਾ ਸਤਿਕਾਰ ਕਰਾਂਗੇ ਤਾਂ ਨਿਰਸਤੇ ਜ਼ਿੰਦਗੀ ਬਹੁਤ ਚੰਗੀ ਹੋਵੇਗੀ। ਅੱਜ ਇਸ ਪਰਿਵਾਰ ਨੇ ਜਿੱਥੇ ਆਪਣੀ ਉਸ ਬੇਟੀ ਦਾ, ਆਪਣੀ ਪੋਤਰੀ ਦਾ ਜਨਮਦਿਨ ਮਨਾਇਆ, ਉੱਥੇ ਇਹ ਵੀ ਸਾਬਤ ਕੀਤਾ ਕਿ ਧੀਆਂ ਦਾ ਸਤਿਕਾਰ ਕਿਵੇਂ ਕਰਨਾ। ਬੇਸ਼ੱਕ ਅੱਜ ਦੇ ਸਮੇਂ 'ਚ ਧੀਆਂ ਦੀਆਂ ਲੋਹੜੀਆਂ ਵੀ ਪਾਉਂਦੇ ਆ, ਲੇਕਿਨ ਉਹ ਬਹੁਤ ਵੱਡੀ ਗੱਲ ਹੋਈ ਹੈ। ਧੀਆਂ ਦਾ ਸਤਿਕਾਰ ਹੋਣਾ ਸ਼ੁਰੂ ਹੋਇਆ ਜੇ ਸਤਿਗੁਰ ਨੇ ਸਾਨੂੰ ਜੋ ਇਹ ਵਚਨ ਦਿੱਤਾ, ਸਤਿਗੁਰ ਨੇ ਜੋ ਸਾਨੂੰ ਸ਼ਬਦ ਦਿੱਤਾ ਹੈਗਾ ਜ਼ਿੰਦਗੀ ਨੂੰ ਜਿਉਣ ਦਾ, ਜਿਹੜੇ ਵੀ ਇਸ ਬਾਤ 'ਤੇ ਚੱਲਦੇ ਨੇ,
ਉਸ ਮਾਰਗ 'ਤੇ ਚੱਲਦੇ ਉਹਨਾਂ ਨੂੰ ਬਹੁਤ ਉਸਤ ਮਿਲਦੀ ਹੈਗੀ ਹੈ। ਅਤੇ ਸੋ ਦਾਸ ਇਹੀ ਸਾਰੇ ਮੁਬਾਰਕ ਦਿੰਦਾ ਔਰ ਸਾਰੇ ਪਿੰਡ ਵੱਲੋਂ ਮੁਬਾਰਕ, ਸਾਰੇ ਨਗਰ ਵੱਲੋਂ ਮੁਬਾਰਕ, ਸਾਰੇ ਪਰਿਵਾਰ ਵੱਲੋਂ, ਖੇੜਾ ਪਰਿਵਾਰ ਵੱਲੋਂ ਮੁਬਾਰਕ ਹੈਗੀਆਂ ਧੀ ਲਈ ਬੇਟੀ ਲਈ ਕਿ ਤੁਸੀਂ ਇੱਕ ਬਹੁਤ ਵੱਡਾ ਕੰਮ ਕੀਤਾ ਕਿ ਆਪਣੀਆਂ ਜੜ੍ਹਾਂ ਨੂੰ ਮੁੱਕ ਦਿੱਤੀ ਆ, ਆਪਣੀਆਂ ਜੜ੍ਹਾਂ ਨੂੰ ਪਾਣੀ ਦਿੱਤਾ ਆਪਣੇ ਖਾਨਦਾਨ ਦਾ, ਤਾਂ ਕਿ ਤੁਹਾਡੇ ਲਿਆ ਇਹ ਖਾਨਦਾਨ ਦਾ ਇਹ ਬ੍ਰੈਸ਼ ਇਸ ਤੱਕ ਬਣਿਆ ਰਹੇ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰ ਬੈਸੋ ਹਰ ਜਨ ਪਿਆਰੇ, ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ, ਕਾਜ ਸਵਾਰੇ ਫਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ। ਦੁਸ਼ਟ ਦੂਤ ਪਰਮੇਸ਼ਰ ਮਾਰੇ, ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਦਾਰ। ਫਿਰ ਕਰ ਬੈਸੋ ਹਰ ਜਨ ਪਿਆਰੇ, ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ, ਕਾਜ ਸਵਾਰੇ ਵਸ ਕਰ ਦੇਨੇ ਅੰਮ੍ਰਿਤ ਨਾਮ ਮਹਾਰਸ ਪੀਨੇ, ਅੰਮ੍ਰਿਤ ਨਾਮ ਮਹਾਰਸ ਪੀਨੇ ਬਾਦਸ਼ਾਹ ਸਾਹ ਸਭ ਵਸ ਕਰ ਦੇਨੇ ਅੰਮ੍ਰਿਤ ਨਾਮ ਮਹਾਰਸ ਪੀਨੇ। ਦੁਸ਼ਟ ਦੂਤ ਪਰਮੇਸ਼ਰ ਮਾਰੇ, ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਦਾਰ। ਫਿਰ ਕਰ ਬੈਸੋ ਹਰ ਜਨ ਪਿਆਰੇ, ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ, ਕਾਜ ਸਵਾਰੇ। ਨਿਰਭਉ ਹੋਏ ਭਜੋ ਸਾਧ ਸੰਗਤ ਮਿਲ ਕੀ ਨੋ ਦਾਨ, ਸਾਧ ਸੰਗਤ ਮਿਲ ਕੀ ਨੋ ਦਾਨ। ਨਿਰਭਉ ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਕੀ ਨੋ ਦਾਨ। ਦੁਸ਼ਟ ਦੂਤ ਪਰਮੇਸ਼ਰ ਮਾਰੇ, ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਦਾਰ। ਫਿਰ ਕਰ ਬੈਸੋ ਹਰ ਜਨ ਪਿਆਰੇ, ਗੁਰ ਤੁਮਰੇ ਕਾਜ ਸਵਾਰੇ, ਕਾਜ ਸਵਾਰੇ।
ਨਾਨਕ ਓਟ ਪਕਰੀ ਪ੍ਰਭ ਸੁਆਮੀ, ਨਾਨਕ ਓਟ ਪਕਰੀ ਪ੍ਰਭ ਸੁਆਮੀ, ਸਰਣ ਪਰੇ ਪ੍ਰਭ ਅੰਤਰ ਜਾਮੀ, ਨਾਨਕ ਓਟ ਪਕਰੀ ਪ੍ਰਭ ਸੁਆਮੀ। ਦੁਸ਼ਟ ਦੂਤ ਪਰਮੇਸ਼ਰ ਮਾਰੇ, ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰ ਦਾਰ, ਫਿਰ ਕਰ ਬੈਸੋ ਹਰ ਜਨ ਪਿਆਰੇ। ਅੰਮ੍ਰਿਤ ਨਾਮ ਮਹਾਰਸ ਪੀਨੇ, ਅੰਮ੍ਰਿਤ ਨਾਮ ਮਹਾਰਸ ਪੀਨੇ, ਬਾਦਸ਼ਾਹ ਸਾਹ ਸਭ ਵਸ ਕਰ ਦੇਨੇ, ਅੰਮ੍ਰਿਤ ਨਾਮ ਮਹਾਰਸ ਪੀਨੇ। ਦੁਸ਼ਟ ਦੂਤ ਪਰਮੇਸ਼ਰ ਮਾਰੇ, ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰ ਧਾਰ, ਫਿਰ ਕਰ ਬੈਸੋ ਹਰ ਜਨ ਪਿਆਰੇ। ਸਤਿਗੁਰ ਤੁਮਰੇ ਕਾਜ ਸਵਾਰੇ, ਕਾਜ ਸਵਾਰੇ, ਫਿਰ ਕਰ ਬੈਸੋ ਹਰ ਜਨ ਪਿਆਰੇ। ਸਤਿਗੁਰ ਤੁਮਰੇ ਕਾਜ ਸਵਾਰੇ, ਦੁਸ਼ਟ ਦੂਤ ਪਰਮੇਸ਼ਰ ਮਾਰੇ, ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰ ਧਾਰ, ਫਿਰ ਕਰ ਬੈਸੋ ਹਰ ਜਨ ਪਿਆਰੇ। ਕਰ ਬੈਸੋ ਹਰ ਜਨ ਪਿਆਰੇ, ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ, ਕਾਜ ਸਵਾਰੇ। ਕਰ ਗੱਲ ਸੁਣਾਵੇ ਹਰ ਨਾਮ ਕੀ, ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਵਾਹਿਗੁਰੂ 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 ਵਾਹਿਗੁਰੂ, ਕੋਈ ਕਰ
ਗੱਲ ਸੁਣਾਵੇ ਹਰ ਨਾਮ ਕੀ, ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਸੋ ਲੱਗੇ ਗੁਰ ਸਿੱਖਾ ਮਨ ਮਿੱਠਾ, 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 ਸੋ ਲੱਗੇ ਗੁਰ ਸਿੱਖਾ ਮਨ ਮਿੱਠਾ। ਵਧਾਈਆਂ ਵਧਾਈਆਂ ਵਧਾਈਆਂ, ਵਧਾਈਆਂ ਵਧਾਈਆਂ ਵਧਾਈਆਂ, ਗੁਰ ਸਿੱਖਾ ਮਨ ਵਧਾਈਆਂ, ਜਿਨ ਮੇਰਾ ਸਤਿਗੁਰ ਡਿੱਠਾ ਰਾਮ ਰਾਜੇ, ਗੁਰ ਸਿੱਖਾ ਮਨ ਵਧਾਈਆਂ, ਜਿਨ ਮੇਰਾ ਸਤਿਗੁਰ ਡਿੱਠਾ ਦਰਗਹਿ ਗੁਰ ਸਿੱਖ ਪਹਿਨਾਈਏ, ਹਰ ਦਰਗਹਿ ਗੁਰ ਸਿੱਖ ਪਹਿਨਾਈਏ, ਜਿੰਨਾ ਮੇਰਾ ਸਤ ਗੁਰ ਤੁਠਾ, ਜਿੰਨਾ ਮੇਰਾ ਸਤ ਗੁਰ ਤੁਠਾ। ਵਧਾਈਆਂ ਵਧਾਈਆਂ ਵਧਾਈਆਂ, ਵਧਾਈਆਂ ਵਧਾਈਆਂ ਵਧਾਈਆਂ, ਗੁਰ ਸਿੱਖਾ ਮਨ ਵਧਾਈਆਂ, ਜਿਨ ਮੇਰਾ ਸਤਿਗੁਰ ਡਿੱਠਾ ਰਾਮ ਰਾਜੇ, ਗੁਰ ਸਿੱਖਾ ਮਨ ਵਧਾਈਆਂ, ਜਿਨ ਮੇਰਾ ਸਤਿਗੁਰ ਡਿੱਠਾ ਰਾਮ ਰਾਜੇ। ਜਨ ਨਾਨਕ ਹਰ ਹਰ ਹੋਇਆ, ਜਨ ਨਾਨਕ ਹਰ ਹਰ ਹੋਇਆ, ਹਰ ਹਰ ਮਨ ਉੱਠਾ, ਹਰ ਹਰ ਮਨ ਉੱਠਾ। ਵਧਾਈਆਂ ਵਧਾਈਆਂ ਵਧਾਈਆਂ, ਵਧਾਈਆਂ ਵਧਾਈਆਂ ਵਧਾਈਆਂ, ਗੁਰ ਸਿੱਖਾ ਮਨ ਵਧਾਈਆਂ, ਜਿਨ ਮੇਰਾ ਸਤਿਗੁਰ ਡਿੱਠਾ ਰਾਮ ਰਾਜੇ, ਗੁਰ ਸਿੱਖਾ ਮਨ ਵਧਾਈਆਂ, ਜਿਨ ਮੇਰਾ ਸਤਿਗੁਰ ਡਿੱਠਾ ਰਾਮ ਰਾਜੇ। ਵਧਾਈਆਂ ਵਧਾਈਆਂ ਵਧਾਈਆਂ, ਗੁਰ ਸਿੱਖਾ ਮਨ ਵਧਾਈਆਂ। ਕਰ ਗੱਲ ਸੁਣਾਵੇ ਹਰ ਨਾਮ ਕੀ,
ਕੋਈ ਕਰ ਗੱਲ ਸੁਣਾਵੇ ਹਰੇ ਨਾਮ ਕੀ ਵਾਹਿਗੁਰੂ 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 ਕੋਈ ਕਰ ਗੱਲ ਸੁਣਾਵੇ ਹਰੇ ਨਾਮ ਕੀ ਕੋਈ ਕਰ ਗੱਲ ਸੁਣਾਵੇ ਹਰੇ ਨਾਮ ਕੀ ਸੋ ਲੱਗੇ ਗੁਰ ਸਿੱਖਾ ਮਨ ਮਿੱਠਾ 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 ਵਧਾਈਆਂ 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 ਗੁਰ ਸਿੱਖਾ ਮਨ ਵਧਾਈਆਂ ਜਿਨ ਮੇਰਾ ਸਤਿਗੁਰ ਡਿੱਠਾ ਰਾਮ ਰਾਜੇ ਗੁਰ ਸਿੱਖਾ ਮਨ ਵਧਾਈਆਂ ਜਿਨ ਮੇਰਾ ਸਤਿਗੁਰ ਡਿੱਠਾ ਰਾਮ ਰਾਜੇ ਗੁਰ ਸਿੱਖਾ ਮਨ ਵਧਾਈਆਂ ਜਿਨ ਮੇਰਾ ਸਤਿਗੁਰ ਡਿੱਠਾ ਰਾਮ ਰਾਜੇ ਗੁਰ ਸਿੱਖਾ ਮਨ ਵਧਾਈਆਂ ਜਿਨ ਮੇਰਾ ਸਤਿਗੁਰ ਡਿੱਠਾ ਰਾਮ ਰਾਜੇ ਵਧਾਈਆਂ 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 ਗੁਰ ਸਿੱਖਾ ਮਨ ਵਧਾਈਆਂ 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 ਗੁਰ ਸਿੱਖਾ ਮਨ ਵਧਾਈਆਂ 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 ਗੁਰ ਸਿੱਖਾ ਮਨ ਵਧਾਈਆਂ 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 ਗੁਰ ਸਿੱਖਾ ਮਨ ਸੰਤਾਂ ਕੇ ਕਾਰਜ ਆਪ ਖਲੋਇਆ ਹਾਰ ਕੰਮ ਕਰਾਵਣ ਆਰਾਮ ਕੰਮ ਕਰਾਵਣ ਆਰਾਮ ਸੰਤਾਂ ਕੇ ਕਾਰਜ ਆਪ ਖਲੋਇਆ ਹਾਰ ਕੰਮ ਕਾਰਜ ਆਪ ਖਲੋਇਆ ਹਾਰ
ਕੰਮ